ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਵਈਪੂਈ ਦੇ ਕੋਲ ਅੱਜ ਸਵੇਰੇ ਭਿਆਨਕ ਐਕਸੀਡੈਂਟ ਹੋ ਗਿਆ। ਇਸ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਾਪਸ ਆਪਣੇ ਪਿੰਡ ਆ ਰਹੇ ਸੀ ਤਾਂ ਅਚਾਨਕ ਇੱਕ ਟਿੱਪਰ ਦੇ ਨਾਲ ਐਕਸੀਡੈਂਟ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਟਿੱਪਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਮਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਪੁੱਤਰ, ਤਰਸੇਮ ਲਾਲ ਉਮਰ 17 ਸਾਲ, ਮਨੀ ਸਿੰਘ ਪੁੱਤਰ, ਜਸਬੀਰ ਸਿੰਘ ਉਮਰ 20 ਸਾਲ, ਅਰਸ਼ਦੀਪ ਸਿੰਘ ਪੁੱਤਰ ਸੋਨੂ ਠੇਕੇਦਾਰ ਵਾਸੀ ਪਿੰਡ ਫਤਿਹਾਬਾਦ ਵਜੋਂ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਕ ਤੁਹਾਡਾ ਕੀ ਲੱਗਦਾ ਜਿਹੜੀ ਡੈਥ ਹੋਈ? ਬੇਟਾ ਜੀ ਮੇਰਾ। ਕੀ ਕਿੰਨੇ ਕੁ ਵਜੇ ਦਾ ਵਾਕਿਆ, ਕਦੋਂ ਦਾ ਹੋਇਆ ਜੀ? ਇਹ 5:30 ਵਜੇ ਹੋਇਆ ਜੀ। ਅੱਛਾ ਜੀ। ਕਿੰਨੇ ਜਣੇ ਆ ਰਹੇ ਸੀ? ਇਹ 3 ਜਣੇ ਸੀ। ਅੱਛਾ। ਇਹ ਕਿਸ ਤਰ੍ਹਾਂ ਕੋਈ ਆ, ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਕਿ ਤੁਸੀਂ? ਸਾਨੂੰ ਸਾਰਾ ਦੱਸੀ ਕੁਛ 6 ਵਜੇ ਪਤਾ ਲੱਗਾ ਅਤੇ ਫਿਰ ਅਸੀਂ ਘਰੋਂ ਆਏ ਹਾਂ ਅਤੇ ਆਉਂਦਿਆਂ ਨੂੰ ਬੇਟਾ ਮੇਰਾ ਸਹੀ ਜੇ ਜੀਂਦਾ ਸੀ ਅਤੇ ਅਸੀਂ ਇਹਨਾਂ ਨੂੰ ਆ ਕੇ ਮੁਲਾਜ਼ਮਾਂ ਨੂੰ ਕਿਹਾ ਵੀ ਗੱਡੀ 'ਚ ਪਾ ਕੇ ਖੜੋ ਅਤੇ ਇਹ ਕਹਿੰਦੇ ਵੀ ਮਤਲਬ ਕਿ ਨਹੀਂ ਜੀ ਐਂਬੂਲੈਂਸ ਆਉਣ ਡਈ ਆ, ਐਂਬੂਲੈਂਸ ਆਉਣ ਡਈ। 1 ਘੰਟਾ ਉਹਨੇ ਸਾਡੇ ਨਾਲ ਗੱਲਾਂ ਕੀਤੀਆਂ ਵਾ ਅਤੇ ਜੇ ਮੰਨ ਲਓ ਇਹ ਲੈ ਜਾਂਦੇ ਟਾਈਮ ਸਿਰ ਤਾਂ ਹੋ ਸਕਦਾ ਸੀ, ਬਚ ਵੀ ਸਕਦਾ ਸੀ। ਕੀ ਮੰਗ ਕਰਦੇ ਤੁਸੀਂ ਸਰਕਾਰ? ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਮਤਲਬ ਇਹਨਾਂ ਦੇ ਜਿਹੜੇ ਮੁਜਰਮ ਆ ਉਹ ਫੜੇ ਜਾਣ। ਸਾਰੇ ਜਣੇ ਆਉਂਦੇ ਆ ਵਾਪਸ ਅੰਮ੍ਰਿਤਸਰੋਂ ਵਾਪਸ ਆਉਂਦੇ ਆ। ਅੱਛਾ। ਇਹ ਕਿਤੇ ਮਗਰ ਬਾਥਰੂਮ ਬੂਥਰੂਮ ਕਰਨ ਰੁਕੇ ਆ। ਅੱਛਾ। ਅਸੀਂ ਗਾਹ ਨੰਗ ਆਏ ਹਾਂ, ਅਸੀਂ ਉਹ ਉੱਥੋਂ ਵਾਪਸ ਮੁੜ ਕੇ ਆਏ ਹਾਂ ਜਦੋਂ ਇਹਨਾਂ ਮਗਰ ਭਜਾ ਕੇ ਲਿਆਏ ਆ ਨਾ ਸਾਡੇ ਭਜਾ ਕੇ ਲਿਆ, ਉਹ ਪਹਿਲਾਂ ਵੱਜੇ ਆ ਸਕੂਟਰੀ ਦੇ ਵਿੱਚ ਅਤੇ ਉਹਦੀ ਵੀ ਲੱਤ ਟੁੱਟੀ ਆ, ਉਹਨਾਂ ਦੋਵਾਂ ਦੀ ਲੱਤ ਟੁੱਟੀ ਆ, ਮੁੰਡੇ ਦੀ ਵੀ ਅਤੇ ਉਹਦੀ ਗੁੜੀਆ ਦੀ ਵੀ। ਅਤੇ ਅਸੀਂ ਫਿਰ ਉਹ ਉੱਥੋਂ ਵਾਪਸ ਮੁੜ ਕੇ ਆਏ, ਜਦੋਂ ਇਹਨਾਂ ਨੂੰ ਵੇਖਿਆ ਅਸੀਂ ਅਤੇ ਸਾਨੂੰ ਸਮਝ ਨਹੀਂ ਕੁਛ ਲੱਗਣ ਦੀ ਵੀ ਅਸੀਂ ਟਰੱਕ ਵਾਲੇ ਨੂੰ ਹੁਣ ਘੇਰੀਏ ਕਿ ਜਾਂ ਇਹਨਾਂ ਨੂੰ ਚੁੱਕ ਕੇ ਬੰਨੇ ਲਾਈਏ। ਟਰੱਕ ਘੋੜਾ ਸਾਰਾ ਟਾਰੀ ਲਾਲ ਹੁੰਦਾ ਜਿਹੜਾ, ਉਹ ਲਾਲ ਜੀ ਲਾਲ ਟਾਟਾ ਗੱਡੀ। ਕਿੰਨੇ ਜਣਿਆਂ ਦੀ ਲਾਲ ਟਰੱਕ ਸੀ? ਕਿੰਨੇ ਜਣਿਆਂ ਦੀ ਮੌਤ ਹੋ ਗਈ? 3 ਜਣਿਆਂ ਦੀ ਮੌਤ ਹੋ ਗਈ। ਇਹ 2 ਜਣਿਆਂ ਦੀ ਮੌਤ ਹੋਈ ਮੌਕੇ 'ਤੇ, ਇੱਕ ਤਾਂ ਜੀਦਾ ਸੀਗਾ, ਇੱਕ ਦੀ ਮੌਤ ਦੇਖੋ ਜੀ ਉਹਦੇ ਐਂਬੂਲੈਂਸ ਤੋਂ ਗਈ ਆ, ਐਂਬੂਲੈਂਸ ਲੇਟ ਹੋਈ, ਐਂਬੂਲੈਂਸ ਦੀ ਵਜ੍ਹਾ ਨਾਲ ਮਰਿਆ ਵਾ ਦੂਜਾ ਦੇ। ਅਸੀਂ 15-20 ਮਿੰਟ ਇਹਨਾਂ ਨਾਲ ਗੱਲਾਂ ਕੀਤੀਆਂ, ਉਹਦਾ ਚਾਚਾ ਵਾ ਮੈਂ ਇੱਥੇ। ਅਸੀਂ ਬੜੇ ਜਣਿਆਂ ਨੂੰ, ਪੁਲਿਸ ਵਾਲਿਆਂ ਨੂੰ ਵੀ ਕਹਿੰਦੇ ਰਹੇ ਚੁੱਕੋ ਇਹਨਾਂ ਨੂੰ, ਕਿਸੇ ਨੇ ਹੱਥ ਨਹੀਂ ਪਾਇਆ। ਕਿੰਨੇ ਵਜੇ ਦੀ ਗੱਲ? ਐਂਬੂਲੈਂਸ ਆਈ ਨਹੀਂ ਹੋਣੀ, ਕੋਈ 1.5 ਘੰਟਾ ਪਹਿਲਾਂ, 5:30 ਦੀ ਗੱਲ ਆ। ਹਾਂਜੀ, ਅਸੀਂ ਘਰੋਂ ਆ ਕੇ ਵੀ ਉਹਨਾਂ ਗੱਲਾਂ ਕੀਤੀਆਂ, ਗੱਲਾਂ ਕੀਤੀਆਂ ਵਾ, ਉਹ ਗੱਲਬਾਤ ਕਹੀ ਗਿਆ ਕਿ ਮੇਰਾ ਗਲ ਘੁੱਟ ਦਿਉ, ਹੋਰ ਨਹੀਂ ਉਹਨੇ ਗੱਲ ਕੋਈ ਕੀਤੀ। ਅਸੀਂ 15-20 ਮਿੰਟ ਇਹਨਾਂ ਨਾਲ ਗੱਲਾਂ ਕੀਤੀਆਂ, ਉਹਦਾ ਚਾਚਾ ਵਾ ਮੈਂ ਇੱਥੇ। ਅਸੀਂ ਬੜੇ ਜਣਿਆਂ ਨੂੰ, ਪੁਲਿਸ ਵਾਲਿਆਂ ਨੂੰ ਵੀ ਕਹਿੰਦੇ ਰਹੇ ਚੁੱਕੋ ਇਹਨਾਂ ਨੂੰ, ਕਿਸੇ ਨੇ ਹੱਥ ਨਹੀਂ ਪਾਇਆ। ਕਿੰਨੇ ਵਜੇ ਦੀ ਗੱਲ? ਐਂਬੂਲੈਂਸ ਆਈ ਨਹੀਂ ਹੋਣੀ, ਕੋਈ 1.5 ਘੰਟਾ ਪਹਿਲਾਂ, 5:30 ਦੀ ਗੱਲ ਆ। ਹਾਂਜੀ, ਅਸੀਂ ਘਰੋਂ ਆ ਕੇ ਵੀ ਉਹਨਾਂ ਗੱਲਾਂ ਕੀਤੀਆਂ, ਗੱਲਾਂ ਕੀਤੀਆਂ ਵਾ, ਉਹ ਗੱਲਬਾਤ ਕਹੀ ਗਿਆ ਕਿ ਮੇਰਾ ਗਲ ਘੁੱਟ ਦਿਉ, ਹੋਰ ਨਹੀਂ ਉਹਨੇ ਗੱਲ ਕੋਈ ਕੀਤੀ। ਤਰਨ ਤਾਰਨ ਤੋਂ ਜਸਵੀਰ ਦੀ ਰਿਪੋਰਟ।